ਹੁਣ ਤੁਹਾਡੀ ਕਿੰਨੀ ਕੁ ਚੱਲ ਦਊਗੀ? ਜਾਂ ਤਾਂ ਸੈਂਟਰ 'ਚ ਤੁਸੀਂ ਚਾਹੁੰਦੇ ਹੋ ਵੀ ਸਿਰਫ ਸੈਂਟਰ ਹੀ ਕਾਬਜ਼ ਹੋਵੇ ਸਾਰੀ ਅਫਸਰਸਾਈਜ਼ 'ਤੇ? ਆਪਣਾ ਆਪ ਸਹਿਮ ਕੇ ਇਹਨਾਂ ਨੇ ਗਲਤ ਫੈਸਲੇ ਦੇ ਲੈ ਰਹੇ ਆ। ਉਹੀ ਬੰਦੇ ਕਹਿੰਦੇ ਆ ਵੀ ਸਾਡਾ ਕੱਲ੍ਹ ਮੁੱਲ ਇੰਨਾ ਸੀਗਾ, ਸਾਨੂੰ ਇਹ ਤੋੜਦੇ, ਤਾਂ ਅੱਜ ਉਹੀ ਮਫਲ ਪਵਾ ਕੇ ਉਹਨਾਂ ਨੂੰ ਚੰਗੇ ਕਹਿੰਦੇ ਆ। ਘੁਟਾਲਿਆਂ ਦੀ ਜਿਹੜੀ ਸਭ ਤੋਂ ਵੱਡੀ ਪਾਰਟੀ ਆ ਉਹ ਤਾਂ BJP। INDD ਦੇ ਵਿੱਚ ਸਮਰਥਨ ਦਿੱਤਾ ਅਤੇ ਲੋਕਾਂ ਨੂੰ ਕਿਹਾ ਵੀ ਹਾਂ ਇਹਨੂੰ ਤਾਨਾਸਾ ਜਿਹੜੀ ਸਰਕਾਰ ਹੈ ਮੋਦੀ ਨੂੰ ਜਿਹੜਾ ਕੁਰਸੀ ਤੋਂ ਲਾਇਆ ਜਾਵੇ। 2 ਸਾਲ ਦੇ ਵਿੱਚ ਪਾਰਟੀ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਵੀ ਕਿਉਂ ਪਏਗਾ? ਇਹ ਕਮੀ ਹੈ ਅਤੇ ਹੁਣ ਉਹਨਾਂ ਦਾ ਜਦ ਉਹਨਾਂ ਤੋਂ ਮਫਲ ਪਵਾ ਕੇ ਹੁਣ ਕੀ ਉਹ ਕਿਸਾਨ ਹਿੱਤ ਸਰਕਾਰ ਹੋ ਗਈ, ਮਜ਼ਦੂਰ ਹਿੱਤ ਸਰਕਾਰ ਹੋ ਗਈ? ਕਹਿੰਦੇ ਕਿ ਐਕਸਾਈਜ਼ ਦਾ ਘੁਟਾਲਾ ਪਹਿਲਾਂ 100 ਕਰੋੜ ਦਾ ਕਹਿੰਦੇ ਸੀ, ਫਿਰ 600 ਕਰੋੜ ਦੀ ਕਰਦਾ। ਮੈਂ ਗੁਰਜਿੰਦਰ ਸਿੰਘ ਪੰਗੂ ਅਤੇ ਇਸ ਵੇਲੇ ਮੇਰੇ ਨਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਵਿੱਕੀ ਘਨੌਰ, ਆਮ ਆਦਮੀ ਪਾਰਟੀ ਦੇ ਲੀਡਰ ਨੇ ਅਤੇ ਆਮ ਆਦਮੀ ਪਾਰਟੀ ਨੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀ ਹੋਈਆਂ ਨੇ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਨੇ ਅਤੇ ਸਪੋਰਟਸ ਵਿੰਗ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਆਮ ਆਦਮੀ ਪਾਰਟੀ ਦੇ ਵਿੱਚ ਮੋਰਲੀ ਸਫਾਂ ਦੇ ਵਿੱਚ ਵਿਚਰਦੇ ਨੇ। ਅੱਜ ਗੱਲਬਾਤ ਕਰਾਂਗੇ, ਗੱਲਬਾਤ ਇਸ ਕਰਕੇ ਕਿ ਇੱਕ ਤਾਂ ਦਿੱਲੀ ਦੀ ਜਿਹੜੀ ਮੇਨ ਇਕਾਈ ਹੈ, ਭਾਵੇਂ ਅਰਵਿੰਦ ਕੇਜਰੀਵਾਲ ਜਿਹੜੇ CM ਨੇ ਦਿੱਲੀ ਦੇ, ਮਨੀਸ਼ ਸਿਸੋਦੀਆ ਜਿਹੜੇ ਡਿਪਟੀ CM ਸੀ, ਜਾਂ ਫਿਰ ਜਿਹੜੇ ਰਾਜ ਸਭਾ ਮੈਂਬਰ ਸੰਜੇ ਸਿੰਘ, ਇਹ ਸਾਰੇ ਜਿਹੜੇ ਲੀਡਰ ਹੈਗੇ ਨੇ, ਇਹ ਐਕਸਾਈਜ਼ ਪੋਲਿਸੀ ਨੂੰ ਲੈ ਕੇ ਦੋਸਤੋ ED ਵੱਲੋਂ ਗ੍ਰਿਫਤਾਰ ਹੁਣ ਤੱਕ ਕੀਤੇ ਗਏ ਨੇ ਅਤੇ ਜੇਲ੍ਹ ਦੇ ਵਿੱਚ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ 92 MLA ਨੇ ਆਮ ਆਦਮੀ ਪਾਰਟੀ ਦੇ ਕੋਲ, 92 MLA ਦੇ ਵਿੱਚੋਂ ਸ਼ੀਤਲ ਅੰਗੁਰਾਲ, 1 MLA ਜਿਹੜੇ ਜਲੰਧਰ ਤੋਂ ਸੀ, ਉਹ ਭਾਜਪਾ ਪਾਰਟੀ ਜੁਆਇਨ ਕਰ ਗਏ, ਅਤੇ ਜਿਹੜੇ ਕਾਂਗਰਸ ਤੋਂ ਲਏ ਸੀ ਸੁਸ਼ੀਲ ਕੁਮਾਰ ਰਿੰਕੂ, ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ, ਆਮ ਆਦਮੀ ਪਾਰਟੀ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਬਣਦੇ ਨੇ, ਅਤੇ ਅਖੀਰ ਦੇ ਵਿੱਚ ਜਾ ਕੇ ਜਦੋਂ ਟਿਕਟ ਅਨਾਊਂਸ ਹੁੰਦੀ ਹੈ ਉਹਨਾਂ ਦੀ ਅੱਜ ਤੋਂ ਕੁਛ ਦਿਨ ਪਹਿਲਾਂ, ਤਾਂ ਸੁਸ਼ੀਲ ਕੁਮਾਰ ਰਿੰਕੂ ਸ਼ੀਤਲ ਅੰਗੁਰਾਲ ਨੂੰ ਨਾਲ ਲੈ ਕੇ ਉਹ ਭਾਜਪਾ ਪਾਰਟੀ ਜੁਆਇਨ ਕਰ ਜਾਂਦੇ ਨੇ। ਇਹ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਝਟਕਾ ਸਾਬਤ ਹੁੰਦਾ, ਕਿਉਂਕਿ ਸੁਸ਼ੀਲ ਕੁਮਾਰ ਰਿੰਕੂ MP ਵੀ ਨੇ, ਇੱਕੋ ਇੱਕ MP ਨੇ। ਮਾਨ ਸਾਹਿਬ ਵੀ ਇਸ ਗੱਲ ਨੂੰ ਕਹਿੰਦੇ ਸੀ ਕਿ ਸਾਡੇ ਇੱਕੋ ਇੱਕ MP ਨੇ ਜਿਹੜੇ ਲੋਕ ਸਭਾ ਦੇ ਵਿੱਚ ਬੈਠਦੇ ਨੇ, ਕਿਉਂਕਿ ਸਾਡੀ ਨੈਸ਼ਨਲ ਪਾਰਟੀ ਹੈ। ਉਹ ਇੱਕੋ ਇੱਕ MP ਅੱਜ ਭਾਜਪਾ ਪਾਰਟੀ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੇ ਨੇ, ਉਹਦੇ ਲੀਡਰ ਬਣ ਗਏ ਭਾਜਪਾ ਪਾਰਟੀ ਦੇ, 1 MLA ਨਾਲ ਚਲੇ ਗਏ, ਅਤੇ ਹੋਰ ਲੀਡਰਾਂ ਦੀ ਵੀ ਗੱਲ ਚੱਲ ਰਹੀ ਹੈ ਹੋਰ MLA ਦੀ, ਕਿ ਉਹ ਵੀ ਜਿਹੜੇ ਹੈਗੇ ਨੇ ਉਹ ਜਾਣਗੇ ਭਾਜਪਾ ਦੇ ਵਿੱਚ, ਜਾਣਗੇ ਜਾਂ ਨਹੀਂ ਇਹ ਤਾਂ ਸਮਾਂ ਦੱਸੂਗਾ। ਫਿਲਹਾਲ ਖਬਰਾਂ ਨੇ, ਜਾਂ ਆਪਾਂ ਸੋਸ਼ਲ ਮੀਡੀਆ ਦੀ ਖਬਰਾਂ ਕਹਿ ਸਕਦੇ ਹਾਂ ਕਿ ਅਫਵਾਹਾਂ ਵੀ ਕਿਤੇ ਨਾ ਕਿਤੇ ਹੁੰਦੀਆਂ ਨੇ। ਇਹਨਾਂ ਸਾਰੀਆਂ ਗੱਲਾਂ 'ਤੇ ਗੱਲ ਕਰਨ ਦੇ ਲਈ ਮੇਰੇ ਨਾਲ ਵਿੱਕੀ ਘਨੌਰ ਨੇ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਪਹਿਲਾਂ ਤਾਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ ਜਿਹੜੇ ਵੱਡੇ ਲੀਡਰ ਨੇ, ਜਾਂ ਇਸ ਤੋਂ ਪਹਿਲਾਂ ਭਾਵੇਂ ਕਿਸੇ ਹੋਰ ਮਾਮਲੇ ਦੇ ਵਿੱਚ ਵੀ ਅਸਤਿੰਦਰ ਜੈਨ, ਉਹ ਵੀ ਤਿਹਾੜ ਜੇਲ੍ਹ ਦੇ ਵਿੱਚ ਨੇ, ਉਹ ਸਾਰੇ ਗ੍ਰਿਫਤਾਰ ਕੀਤੇ ਗਏ ਨੇ ਹੁਣ ਤੱਕ। ਕਹਿੰਦੇ ਕਿ ਐਕਸਾਈਜ਼ ਦਾ ਘੁਟਾਲਾ ਪਹਿਲਾਂ 100 ਕਰੋੜ ਦਾ ਕਹਿੰਦੇ ਸੀ, ਫਿਰ 600 ਕਰੋੜ ਦੀ ਗੱਲ ਆ ਗਈ। ਕੀ ਸੱਚਮੁੱਚ ਐਡਾ ਘੁਟਾਲਾ ਕੀਤਾ ਤੁਹਾਡੀ ਪਾਰਟੀ ਨੇ ਦਿੱਲੀ 'ਚ? ਗੁਰਜਿੰਦਰ ਜੀ, ਪਤਾ ਕੀ ਗੱਲ ਹੁੰਦੀ ਹੈ, ਘੁਟਾਲਿਆਂ ਦੀ ਜਿਹੜੀ ਸਭ ਤੋਂ ਵੱਡੀ ਪਾਰਟੀ ਆ ਉਹ ਤਾਂ BJP ਆ, ਕਿਉਂਕਿ ਹੁਣ ਇਹ ਇੱਕ ਤਾਨਾਸਾ ਸਰਕਾਰ ਹੈ। ਤੁਸੀਂ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਵੀ ਲੋਕਾਂ ਦੇ ਲੋਕ ਵਿਰੋਧੀ ਨੀਤੀਆਂ ਲਿਆ ਕੇ, ਇਹ ਭਾਵੇਂ ਕੋਈ ਮਜ਼ਦੂਰ ਹੋਵੇ ਜਾਂ ਕਿਸਾਨ ਜਾਂ ਕੋਈ ਆਮ ਛੋਟੀ ਮਿਡਲ ਕਾਸ਼ਤਕਾਰੀ ਹੋਵੇ, ਇਹਨਾਂ ਸਾਰਿਆਂ ਨੂੰ ਇੱਕ ਇਹਨਾਂ ਨੇ ਆਪਣੇ ਪੰਜੇ 'ਚ ਸਮੇਟ ਲਿਆ। ਇੱਕ ਆਮ ਆਦਮੀ ਪਾਰਟੀ, ਇੱਕ ਅਰਵਿੰਦ ਕੇਜਰੀਵਾਲ, ਇੱਕ ਅਜਿਹਾ ਪਾਰਟੀ ਅਜਿਹੀ ਪਾਰਟੀ ਹੈ ਅਤੇ ਇੱਕ ਅਜਿਹਾ ਨੇਤਾ ਆ ਜਿਹੜਾ ਪੂਰੇ ਭਾਰਤ 'ਚ ਜਿਹੜਾ ਹਰਮਨ ਪਿਆਰਾ ਨੇਤਾ ਆ, ਜਿਹਦੀਆਂ ਇੱਕ ਪੋਲਿਸੀਜ਼ ਲੋਕ ਹਿੱਤ ਪੋਲਿਸੀਆਂ ਜਿਹੜੀਆਂ ਲੈ ਕੇ ਆਉਂਦੀ ਹੈ, ਜਿਹੜਾ ਆਈਡਲ ਨੂੰ ਲੈ ਕੇ ਪੰਜਾਬ 'ਚ ਵੀ ਉਹਦੀ ਡਿਵੈਲਪਮੈਂਟ ਉੱਤੇ ਚੱਲ ਰਹੀ ਹੈ। ਕਿਉਂਕਿ ਇਸ ਪਾਰਟੀ ਦਾ ਜਿਹੜਾ INDA ਦੇ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਦੋਂ ਦੀ INDA ਦੇ ਵਿੱਚ ਸਮਰਥਨ ਦਿੱਤਾ ਅਤੇ ਲੋਕਾਂ ਨੂੰ ਕਿਹਾ ਵੀ ਹਾਂ ਇਹਨੂੰ ਤਾਨਾਸਾ ਜਿਹੜੀ ਸਰਕਾਰ ਹੈ ਮੋਦੀ ਨੂੰ ਜਿਹੜਾ ਕੁਰਸੀ ਤੋਂ ਲਾਇਆ ਜਾਵੇ ਤਾਂ ਕਿ ਸਾਡਾ ਦੇਸ਼ ਨੂੰ ਬਚਾਇਆ ਜਾਵੇ,
ਤਾਂ ਇੱਕ ਬਹੁਤ ਹੀ ਬੀਜੇਪੀ ਨੂੰ ਜਿਹੜਾ ਡਰ ਬਣਿਆ ਪਿਆ ਅੰਦਰੋਂ ਖੁਖਲੀ ਹੋਈ ਪਈ ਬੀਜੇਪੀ ਆਪਣਾ ਆਪ ਸਹਿਮ ਕੇ ਇਹਨਾਂ ਨੇ ਗਲਤ ਫੈਸਲੇ ਦੇ ਲੈ ਰਹੇ ਆ। ਅਰਵਿੰਦ ਜੀ ਕੋਲ ਜਿੱਥੇ ਕੋਈ ਕੋਈ ਪ੍ਰੂਫ ਹੈ ਕੋਈ ਸਾਬਤ ਹੀ ਨਹੀਂ ਹੋ ਰਿਹਾ ਉੱਥੇ ਜ਼ਬਰਦਸਤੀ ਇਹਨਾਂ ਨੇ ਉਹਨਾਂ ਨੂੰ ਵੀ ਆਪਣੇ ਜਿਹੜਾ ਅੰਦਰ ਕੈਦ ਕੀਤਾ। ਪਰ ਤੁਸੀਂ ਸੁਣਿਆ ਹੀ ਹੋਣਾ ਕੱਲ੍ਹ ਵੀ ਉਹਨਾਂ ਨੇ ਆਉਣ ਲੱਗਿਆ ਉਹਨਾਂ ਦੇ ਜਿਹੜਾ ਬਿਆਨ ਸੀਗੇ ਐਂਟਰ ਹੁੰਦੇ ਉਹਨਾਂ ਦਾ ਇੱਕੋ ਗੱਲ ਸੀਗੀ ਵੀ ਮੈਂ ਦੇਸ਼ ਦਾ ਪੁੱਤ ਹਾਂ ਮੈਂ ਭਾਰਤ ਮਾਂ ਦਾ ਪੁੱਤ ਹਾਂ ਵੀ ਮੈਂ ਇਹਨਾਂ ਦੇ ਅੱਗੇ ਕਦੇ ਝੁਕਾਂਗਾ ਨਹੀਂ। ਸੋ ਇਹ ਤਾਨਾਸਾ ਸਰਕਾਰ ਹੈ ਜਿਹੜਾ ਸਾਨੂੰ ਹੁਣ ਇਸ ਇਲੈਕਸ਼ਨਾਂ 'ਚ ਲੋਕ ਸਭਾ 'ਚ ਜਿਹੜਾ ਸਾਨੂੰ ਇਹਨਾਂ ਨੂੰ ਜਵਾਬ ਦੇਣਾ ਪੈਣਾ ਆ ਤਾਂ ਹੀ ਕਿਤੇ ਨਾ ਕਿਤੇ ਅਸੀਂ ਆਪਣੇ ਪੰਜਾਬ ਨੂੰ ਜਾਂ ਸਮੁੱਚੇ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਅਸੀਂ ਬਚਾ ਸਕਦੇ ਹਾਂ। ਬੀਜੇਪੀ ਕਹਿੰਦੀ ਹੈ ਵਿੱਕੀ ਜੀ ਕਿ ਨੈਤਿਕਤਾ ਨੂੰ ਆਧਾਰ ਮੰਨਦਿਆਂ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਜਾਂਚ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਕਿ ਉਹ ਕਹਿੰਦੇ ਨੇ ਕਿ ਪਹਿਲਾਂ ਵੀ ਜਦੋਂ ਵੱਡੇ ਲੀਡਰਾਂ 'ਤੇ ਕੋਈ ਇਲਜ਼ਾਮ ਲੱਗੇ ਨੇ ਦੇਸ਼ ਦੇ ਵਿੱਚ ਤਾਂ ਉਹ ਲੀਡਰ ਅਸਤੀਫਾ ਦੇ ਕੇ ਆਪਣੀ ਕੁਰਸੀ ਤੋਂ ਪਾਸੇ ਹੋਏ। ਉਹ ਕਹਿੰਦੇ ਕਿ ਅਸੀਂ ਜਾਂਚ ਦੇ ਵਿੱਚ ਸ਼ਾਮਿਲ ਹੋਵਾਂਗੇ, ਜੇ ਅਸੀਂ ਦੋਸ਼ੀ ਪਾਏ ਜਾਂਦੇ ਹਾਂ ਤਾਂ ਸਾਡੇ 'ਤੇ ਕਾਰਵਾਈ ਹੋਵੇ, ਜੇ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਪਾਕ ਸਾਫ ਨਿਕਲਦੇ ਹਾਂ ਪੂਰੀ ਜਾਂਚ ਦੇ ਵਿੱਚੋਂ ਤਾਂ ਅਸੀਂ ਆਪਣੀ ਕੁਰਸੀ ਸਾਂਭਲਾਂਗੇ। ਉਹ ਕਹਿੰਦੇ ਕਿ ਅਸਤੀਫਾ ਕਿਉਂ ਨਹੀਂ ਕੇਜਰੀਵਾਲ ਸਾਹਿਬ ਦਿੰਦੇ? ਹਰ ਗੱਲ ਕੀਤੀ ਇਹਨਾਂ ਦੀ ਤਾਨਾਸਾ ਸਰਕਾਰ ਦੀ ਜਿਹੜੀ ਇਹ ਮੰਨੀ ਨਹੀਂ ਜਾ ਸਕਦੀ, ਕਿਉਂਕਿ ਤੁਸੀਂ ਤਾਂ ਇੱਕ ਇਹਦਾ ਮਤਲਬ ਡਰਾ ਰਹੇ ਹੋ, ਧਮਕਾ ਰਹੇ ਹੋ ਕਿਸੇ ਨੂੰ। ਤੁਸੀਂ ਕੱਲ੍ਹ ਤੱਕ ਹੁਣ ਬਿੱਟੂ ਦੀ ਗੱਲ ਕਰਦੇ ਹਾਂ ਆਪਾਂ, ਰਮਨਜੀਤ ਬਿੱਟੂ ਦੀ, ਉਹ ਕੱਲ੍ਹ ਤੱਕ ਤਾਂ ਉਹ ਕਿਸਾਨ ਪੱਖੀ ਨਾਅਰਾ ਲਾਉਂਦੇ ਸੀ, ਲਿਖਦੇ ਸੀਗੇ, ਅਤੇ ਦੂਜੇ ਪਾਸੇ ਉਹ ਮੋਦੀ ਨੂੰ ਬਹੁਤ ਮਾੜਾ ਚੰਗਾ ਬੋਲਦੇ ਸੀਗੇ, ਤਾਨਾਸਾ ਸਰਕਾਰ ਬੋਲਦੇ ਸੀਗੇ। ਅਤੇ ਹੁਣ ਉਹ ਉਹਨਾਂ ਦਾ ਜਦ ਉਹਨਾਂ ਤੋਂ ਮਫਲ ਪਵਾ ਕੇ ਹੁਣ ਕੀ ਉਹ ਕਿਸਾਨ ਹਿੱਤ ਸਰਕਾਰ ਹੋ ਗਈ, ਮਜ਼ਦੂਰ ਹਿੱਤ ਸਰਕਾਰ ਹੋ ਗਈ? ਸੋ ਇਹਨਾਂ ਦਾ ਜਿਹੜੀ ਪੋਲਿਸੀ ਆ ਇਹ ਹਮੇਸ਼ਾ ਹੀ ਜ਼ਬਰਦਸਤੀ ਇੱਕ ਦੂਜੇ ਕੰਪੈਲ ਕਰਕੇ ਉਹਨਾਂ ਨੂੰ, ਜਦੋਂ ਕੋਰਟ ਨੇ ਇੱਕ ਕਹਿਤਾ ਵੀ ਇਹ ਮੇਰਾ ਸਾਡਾ ਇਹ ਫੈਸਲਾ ਨਹੀਂ ਹੈਗਾ, ਕਿਉਂਕਿ ਇਹ ਅਧਿਕਾਰ ਖੇਤਰ ਹੈ ਸਾਡੇ ਸੰਵਿਧਾਨ 'ਚ ਹੈਗਾ ਨਹੀਂ, ਇਹ ਇੱਥੇ ਸੀਐਮ ਬਣੇ ਰਹਿ ਸਕਦੇ ਆ। ਜਦੋਂ ਕੋਈ ਦੋਸ਼ੀ ਪਾਈ ਨਹੀਂ ਗਏ, ਕਿਉਂਕਿ ਇੱਕ ਜ਼ਬਰਦਸਤੀ ਇੱਕ ED ਨੂੰ ਇਸਤੇਮਾਲ ਕਰਕੇ ਬੀਜੇਪੀ ਨੇ ਜਿਹੜਾ ਆਪਣਾ ਮਖੋਟਾ ਅੱਗੇ ਵਧਾਇਆ ਹੋਇਆ, ਜਿਹੜਾ ਕਿ ਅੱਗੇ ਤੋਂ ਅੱਗੇ ਉਹ ਇੱਕ ਜ਼ਬਰਦਸਤੀ ਹੀ ਕਹਿ ਸਕਦੇ ਹਾਂ ਉਹਨੂੰ, ਜਿਹੜਾ ਅੰਦਰ ਡੱਕਿਆ ਹੋਇਆ। ਲੋਕ ਤਾਂ ਇਹ ਗੱਲ ਵੀ ਕਹਿੰਦੇ ਨੇ ਵਿੱਕੀ ਜੀ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕੰਟਰੋਲ ਨਹੀਂ ਰਿਹਾ ਆਪਣੀ ਹੀ ਪਾਰਟੀ ਦੇ ਉੱਪਰ, ਇਸ ਕਰਕੇ ਤਾਂ ਛੱਡ ਛੱਡ ਕੇ ਜਾਈ ਜਾਂਦੇ ਨੇ। ਇੱਕ MP ਛੱਡ ਗਿਆ, ਮੌਜੂਦਾ MP, ਇੱਕ MLA ਛੱਡ ਕੇ ਚਲਾ ਗਿਆ। ਇਹ ਉਹ ਲੋਕ ਜਿਹਨਾਂ ਜਿਹੜੇ ਸੱਤਾ ਦੇ ਵਿੱਚ ਸੀ, 3 ਸਾਲ ਪਏ ਸੀ ਜਿਹਨਾਂ ਇਸ ਟਰਮ ਦੇ ਸੀਟ ਲਈ, ਉਹ ਵੀ ਛੱਡ ਕੇ ਚਲੇ ਗਏ। ਹੁਣ ਤੁਸੀਂ ਜਿਹੜੇ ਨੇ ਬੰਦੇ ਨੇ ਕਹਿੰਦਾ ਦਲ ਬਦਲੀ ਕਰਨੀ ਹੈ ਨਾ, ਜਾਂ ਜਿਹਨੇ ਕੋਈ ਧੋਖਾ ਦੇਣਾ ਆ ਔਰ ਜਿਸ ਪ੍ਰੈਸਰ 'ਚ ਦੇਣਾ ਆ, ਉਹੀ ਬੰਦੇ ਕਹਿੰਦੇ ਆ ਵੀ ਸਾਡਾ ਕੱਲ੍ਹ ਮੁੱਲ ਇੰਨਾ ਸੀਗਾ ਸਾਨੂੰ ਇਹ ਤੋੜਦੇ, ਤਾਂ ਅੱਜ ਉਹੀ ਮਫਲ ਪਵਾ ਕੇ ਉਹਨਾਂ ਨੂੰ ਚੰਗੇ ਕਹਿੰਦੇ ਆ। ਸੁਸ਼ੀਲ ਰਿੰਕੂ ਨੇ ਹੁਣ ਕਿਹੜੇ ਹੱਦ ਤੱਕ ਇਹਨਾਂ ਨੇ ਕਹਿੰਦੇ ਵੀ ਕੰਮ ਨਹੀਂ ਹੋਇਆ, ਅਸਤੀਫਾ ਦੇ ਤਾ, ਉਹਨਾਂ ਦੀ ਟਰਮ ਵੀ ਖਤਮ ਹੋ ਗਈ ਆ, ਕੋਡ ਆਫ ਕੰਡਕਟ ਲੱਗਿਆ ਹੋਇਆ, ਕੀ ਕਰਨਗੇ ਉਹ ਦੱਸਣਗੇ ਉਦੋਂ ਜਦੋਂ ਹੁਣ ਵੋਟਾਂ ਪੈਣਗੀਆਂ, ਲੋਕ ਉਹਨਾਂ ਨੂੰ ਦੱਸਣਗੇ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾ ਕਰਕੇ ਕਿਸੇ ਦੇ ਨਾਲ ਗਦਾਰੀ ਦਾ ਜਿਹੜਾ ਨਤੀਜਾ ਉਹ ਸਾਹਮਣੇ ਆਉਣਾ ਹੈ, ਉਹ ਕਿਵੇਂ ਆਪਣੇ ਆਪ ਪੇਟੀਆਂ 'ਚ ਨਿਕਲੂਗਾ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਓਪਰੇਸ਼ਨ ਲੋਡਸ ਚਲਾਇਆ ਜਾ ਰਿਹਾ, ਜਿਹੜੇ ਜਲਾਲਾਬਾਦ ਤੋਂ MLA ਨੇ ਮੌਜੂਦਾ ਗੋਲਡੀ ਕੰਬੋਜ, ਉਹਨਾਂ ਨੇ ਵੀ ਕਿਹਾ ਕਿ ਸਾਨੂੰ 20-25 ਕਰੋੜ ਦੀਆਂ ਔਫਰਾਂ ਹੋ ਰਹੀਆਂ ਨੇ ਕਿ ਆਹ ਲਓ 25 ਕਰੋੜ ਅਸੀਂ ਤੁਹਾਨੂੰ ਦਿੰਦੇ ਹਾਂ, ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਦਿਓ, ਆ ਜਾਓ ਭਾਜਪਾ ਜੁਆਇਨ ਕਰ ਲਓ। ਇਹ ਇਲਜ਼ਾਮ ਹੈ ਕਿ ਓਪਰੇਸ਼ਨ ਲੋਡਸ ਚੱਲ ਰਿਹਾ ਤੁਹਾਡੀ ਪਾਰਟੀ ਦੇ ਵਿੱਚ, ਹਾਲਾਂਕਿ ਬੀਜੇਪੀ ਕਹਿੰਦੀ ਹੈ ਇੱਦਾਂ ਦਾ ਕੁਛ ਨਹੀਂ, ਕਿ ਆਮ ਆਦਮੀ ਪਾਰਟੀ ਇੱਕ ਹਮਦਰਦੀ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੀ ਹੈ ਕਿ ਅਸੀਂ ਪੀੜਤ ਹੈ, ਸਾਡੇ ਨਾਲ ਧੱਕਾ ਹੋ ਰਿਹਾ, ਇਹ ਤੋਂ ਅੱਗੇ ਕੁਛ ਨਹੀਂ ਹੈ। ਨਹੀਂ ਹੁਣ ਸਾਰਾ ਧੱਕਾ ਜਿਹੜਾ ਇਹ ਬੀਜੇਪੀ ਹੀ ਮਤਲਬ ਠੀਕ ਕਰੂਗੀ, ਜਿਹੜਾ ਧੱਕਾ ਹੋ ਰਿਹਾ ਵੀ ਜਾ ਕੇ ਉੱਧਰ ਜਿਹੜਾ ਮਫਲ ਪਵਾ ਲੈਂਦਾ ਵੀ ਉਹ ਬੀਜੇਪੀ ਦਾ, ਉਹ ਜਾ ਕੇ ਸਾਫ਼ ਸੁਥਰਾ ਹੋ ਜਾਂਦਾ ਆ। ਜਿਸ ਪਾਰਟੀ ਨੇ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀ ਆਰਥਿਕ ਜਿਹੜੀ ਅਵਸਥਾ ਆ ਉਹਨੂੰ ਡਾਊਨ ਕੀਤਾ, ਗਰੀਬ ਇਨਸਾਨ ਇੱਕ ਦਿਹਾੜੀਦਾਰ ਆਮ ਛੋਟਾ ਮੁਲਾਜ਼ਮ ਛੋਟਾ ਕਾਸ਼ਤਕਾਰ ਕਿਸਾਨ ਮਜ਼ਦੂਰ
ਜਿਹੜਾ ਇਹਨਾਂ ਨੇ ਸੜਕਾਂ 'ਤੇ ਰੋਲਿਆ ਆ ਅਤੇ ਜਿਹੜਾ ਹੁਣ ਪਿੱਛੇ ਜਿਹੇ ਤੁਸੀਂ ਦੇਖ ਰਹੇ ਹੋ ਆਪਣੇ ਨੇੜੇ ਸ਼ੰਭੂ ਬਾਰਡਰ 'ਤੇ ਧਰਨਾ ਲੱਗਿਆ ਆ, ਨਜਾਇਜ਼ ਉਹਨਾਂ 'ਤੇ ਜਿਹੜੀ ਉਹ ਗੋਲੀਬਾਰੀ ਕੀਤੀ ਗਈ ਆ, ਅੱਥਰੂ ਗੈਸ ਚਲਾਏ ਦੇ ਗੋਲੇ ਵਾਏ ਗਏ ਆ, ਆਪਣੇ ਮੇਰੇ ਹਲਕੇ ਦੇ ਮੁੰਡੇ ਦੀ ਅੱਖ ਖਰਾਬ ਕੀਤੀ ਆ, ਹੋਰ ਜਿਹੜੇ ਕਾਫੀ ਜਿਹੜੇ ਜਿਹਨਾਂ ਨੂੰ ਸੱਟਾਂ ਗੰਭੀਰ ਮਾਰੀਆਂ, ਉੱਥੇ ਜਿਹੜਾ ਮੁੰਡਾ ਆ ਆਪਣਾ ਖਨੌਰੀ ਬਾਰਡਰ 'ਤੇ ਆ ਸ਼ੁਭਕਰਨ, ਉਹਦੇ ਗੋਲੀ ਵੱਜਣ ਕਰਕੇ ਉੱਥੇ ਉਹ ਸ਼ਹਾਦਤ ਪਾਈ ਮੁੰਡੇ ਨੇ, ਉਹ ਕਿਹਨੇ ਕੀਤਾ ਬਈ? ਖੱਟਰ ਸਰਕਾਰ ਸੀ ਨਾ, ਬੀਜੇਪੀ ਸਰਕਾਰ ਹੈ ਨਾ ਹਰਿਆਣੇ 'ਚ, ਉਹ ਕਿੱਥੋਂ ਹਮਦਰਦੀ ਹੋ ਜੂਗੀ ਤੁਹਾਡੀ? ਉਹ ਪੰਜਾਬ ਨੂੰ ਤਾਂ ਪਹਿਲਾਂ ਤੈਨੂੰ ਨਫ਼ਰਤ ਕਰਦੀ ਆ, ਲੋਟਸ ਕੀ ਉਹ ਤਾਂ ਜਾ ਕੇ ਇਹ 'ਚ ਜੇ ਸੱਚਾਈ ਹੈਗੀ ਆ ਤਾਂ ਹੀ ਸਾਡੇ MLA ਨੇ ਬੋਲਿਆ ਵੀ ਉਹ ਜਿਹਨਾਂ ਨੂੰ, ਉਹ ਬੰਦੇ ਇਮਾਨਦਾਰ ਆ ਜਿਹੜੇ MLA ਆ ਕੇ ਆਪਣੀ ਅਣਖ ਨੂੰ ਬਰਕਰਾਰ ਰੱਖਦੇ ਹੋਏ ਸਾਹਮਣੇ ਮੀਡੀਆ 'ਤੇ ਆ ਕੇ ਬੋਲ ਰਹੇ ਆ, ਕਹਿ ਰਹੇ ਆ ਵੀ ਹਾਂ ਸਾਡੇ ਨਾਲ ਇਹਨਾਂ ਨੇ ਇਹ ਓਪਰੇਸ਼ਨ ਲੋਟਸ ਦੀ ਜਿਹੜੀ ਆ 25 ਕਰੋੜ ਦੀ ਗੱਲ ਕੀਤੀ ਆ। ਅਤੇ ਹੁਣ ਬਾਅਦ 'ਚ ਮੈਂ ਜਾਖੜ ਦਾ ਹੀ ਬਿਆਨ ਸੁਣ ਰਿਹਾ ਸੀਗਾ, ਜਾਖੜ ਸਾਹਿਬ ਜਿਹੜੇ ਬੋਲਰ ਸੀਗੇ ਬੜੇ ਸੀਨੀਅਰ ਲੀਡਰ ਹੈ, ਬਟ ਉਹਨਾਂ ਨੇ ਬੋਲਿਆ ਕਹਿੰਦੇ ਵੀ ਪੰਜ ਇਹਨਾਂ ਦੀ 25,000 ਦੀ ਨਹੀਂ ਕੋਈ ਵੈਲੀ ਹੈਗੀ, ਜੇ 25,000 ਦੀ ਨਹੀਂ ਵੈਲੀ ਹੋਗੀ ਤਾਂ ਫਿਰ ਤੁਸੀਂ ਅਨੂ ਅਗਰਵਾਲ ਉਹਦੀ ਇੱਕ ਆਪਣਾ ਸ਼ੀਤਲ ਹਾਂ ਉਹਦੀ ਕੀ ਤੁਸੀਂ ਕੀ ਕੀਮਤ ਲਾਈ ਆ, ਅਤੇ ਤੁਸੀਂ ਰਿੰਕੂ ਦੀ ਕੀ ਕੀਮਤ ਲਾਈ ਆ, ਜਾਂ ਉਹਨਾਂ ਨੂੰ ਕੋਈ ਵਾਸ਼ਿੰਗ ਮਸ਼ੀਨ 'ਚ ਘੁਮਾ ਕੇ ਸਾਫ਼ ਕਰਤਾ? ਉਹ ਸ਼ੀਤਲ ਅੰਗੁਰਾਲ ਵੀ ਇਹ ਗੱਲ ਕਹਿੰਦੇ ਨੇ, ਸੁਸ਼ੀਲ ਕੁਮਾਰ ਰਿੰਕੂ ਵੀ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਕਿਸੇ ਨੇ ਖਰੀਦਿਆ ਨਹੀਂ, ਅਸੀਂ ਆਮ ਆਦਮੀ ਪਾਰਟੀ ਤੋਂ ਤੰਗ ਹੋ ਕੇ ਗਏ ਹਾਂ। ਸੁਸ਼ੀਲ ਕੁਮਾਰ ਰਿੰਕੂ ਕਹਿੰਦੇ ਕਿ ਮੈਂ MP ਸੀ, ਮੇਰੀ ਪਿੱਠ ਦੇ ਉੱਤੇ ਪਾਰਟੀ ਨੇ ਹੱਥ ਨਹੀਂ ਰੱਖਿਆ, ਮੇਰੇ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਸੀ ਹੋ ਰਹੇ। ਸ਼ੀਤਲ ਅੰਗੁਰਾਲ ਕਹਿੰਦੇ ਕਿ ਮੇਰੇ ਹਲਕੇ ਦੇ ਵਿੱਚ 2 ਨੰਬਰ ਦੇ ਕੰਮ ਹੋ ਰਹੇ ਨੇ, ਲਾਟਰੀਆਂ ਦਾ ਸੱਟੇ ਲੱਗ ਰਹੇ ਨੇ ਉੱਥੇ, ਪਾਰਟੀ ਸਾਡੇ ਨਾਲ ਨਹੀਂ ਖੜੀ। ਗੁਰਜਿੰਦਰ ਜੀ ਗੱਲ ਦੱਸਦਾ ਮੈਂ, ਜਦੋਂ ਰਿੰਕੂ ਦੇ MP ਬਣਨ ਤੋਂ ਬਾਅਦ ਸ਼ੀਤਲ ਨੂੰ ਕੀ ਪ੍ਰੋਬਲਮ ਆ ਗਈ ਸੀ ਰਿੰਕੂ ਦੇ ਨਾਲ? ਉਦੋਂ ਤਾਂ ਬੜੇ ਹੀ ਸੋਸ਼ਲ ਮੀਡੀਆ ਦੇ ਵੀ ਤਾਨੋ ਤਾਂ ਨਹੀਂ ਹੋਏ ਆ, ਚਲੋ ਪਾਰਟੀ ਨੇ ਸ਼ੋਰਟ ਆਊਟ ਕੀਤਾ ਵੀ ਚਲੋ ਕਈ ਵਾਰੀ ਕੋਈ ਗਲਤ ਫਹਿਮੀ ਆਪਸ 'ਚ ਹੋ ਜਾਂਦੀਆਂ, ਤੁਸੀਂ ਆਪ MP ਹੋ, ਤੁਸੀਂ ਆਪ ਪ੍ਰਸ਼ਾਸਨ 'ਚੋਂ, ਤੁਸੀਂ MLA ਹੋ, ਤੁਹਾਡਾ ਜਿਹਦਾ ਮਤਲਬ ਤੁਹਾਡੀ ਬਿਲਕੁਲ ਨਹੀਂ ਕੋਈ ਮੰਨਦਾ, ਕਿੱਥੇ ਕਾਬੂ ਕਿੱਥੇ ਕਰਿਆ ਵਾਸੀ ਤਾਂ ਕਹਿ ਨਹੀਂ ਸਕਦੇ। ਜਦੋਂ ਸਾਡੀ ਹਰ ਇੱਕ ਬੰਦਾ ਸੁਣਦਾ ਆ ਤਾਂ ਤੁਸੀਂ ਤਾਂ MLA ਹੋ, ਤੁਸੀਂ ਹੁਣ ਜਾਣ ਲੱਗਿਆ ਇਹ ਬਲੇਮ ਲਾ ਕੇ ਜਾਣਾ, ਹੁਣ ਤੁਹਾਡੀ ਕਿੰਨੀ ਕੁ ਚੱਲਣ ਦਊਗੀ? ਜਾਂ ਕਿ ਸੈਂਟਰ 'ਚੋਂ ਤੁਸੀਂ ਚਾਹੁੰਦੇ ਹੋ ਵੀ ਸਿਰਫ ਸੈਂਟਰ ਹੀ ਕਾਬਜ਼ ਹੋਵੇ ਸਾਰੀ ਅਫਸਰਸਾਈ 'ਤੇ? ਸੋ ਇਹ ਤਾਂ ਇੱਕ ਮਨ ਘੜਤ ਗੱਲਾਂ ਹੁੰਦੀਆਂ, ਜਦੋਂ ਬੰਦੇ ਨੇ ਬੇਵਫਾਈ ਕਰਨੀ ਹੋਵੇ ਉਦੋਂ 100 ਬਹਾਨਾ ਲੱਭਦਾ ਆ। ਇਹ ਪਾਰਟੀ ਦੇ ਨਹੀਂ, ਇਹ ਲੋਕਾਂ ਦੇ ਗਦਾਰ ਹੈ। ਕਹਿੰਦੇ ਕਿ ਹੋਰ MLA ਵੀ ਜਾਣਗੇ BJP 'ਚ, ਅਫਵਾਹ ਹੈ ਸੱਚ ਹੈ? ਦੇਖੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ, ਪਰ ਜਿਹੜੇ 'ਚ ਖੂਨ 'ਚ ਵਫਾਦਾਰੀ ਹੁੰਦੀ ਹੈ ਉਹ ਕਦੇ ਕਿਤੇ ਹਿੱਲਦਾ ਨਹੀਂ ਹੁੰਦਾ। ਜਿਹਨੇ ਕੋਈ ਗਦਾਰਪਣਾ ਜਾਂ ਜਿਹਨੇ ਕੋਈ ਆਪਣਾ ਚੋਰ ਕੋਈ ਕੀਤਾ, ਮਾੜਾ ਕੰਮ ਕੀਤਾ, ਕੋਈ ਇਹੋ ਜਿਹੀ ਗੱਲ ਕੀਤੀ ਆ ਲੱਗਦਾ ਵੀ ਤਾਨਾ ਸਾਹ ਸਰਕਾਰ ਹੈ ਸਾਨੂੰ ਉੱਤਰ ਬੈਠੇ ਆ ਸਹਿਨ ਸਾਹ ਮੋਦੀ ਜੀ ਵੀ ਉਹ ਬਚਾ ਲੈਣਗੇ, ਉਹ ਇੱਦਾਂ ਤਾਂ ਫਿਰ ਉਹ ਕਦੇ ਵੀ ਕਿਤੇ ਤੁਹਾਡੇ ਪਿੱਠ 'ਚ ਚੂਰਾ ਮਾਰ ਸਕਦੇ ਆ। ਪਰ ਸਾਨੂੰ ਆਪਣੇ MLAs 'ਤੇ ਭਰੋਸਾ ਆ, ਕਿਉਂਕਿ ਉਹ ਗਦਾਰੀ ਨਹੀਂ ਕਰਨਗੇ, ਕਿਉਂਕਿ ਮਾਨ ਸਾਹਿਬ ਬੜੇ ਸੁਲਝੇ ਹੋਏ ਅਤੇ ਸੱਚੇ ਸੁੱਚੇ ਇਨਸਾਨ ਹੈ। ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਨੀਤੀ ਆ ਲੋਕ ਬਚਾਓ ਨੀਤੀ ਆ, ਲੋਕ ਪੱਖੀ ਨੀਤੀ ਆ, ਉਹਨਾਂ ਨੇ ਕਦੇ ਤਾਨਾਸਾ ਰਵੱਈਆ ਨਹੀਂ ਅਪਣਾਇਆ। 2 ਸਾਲ ਦੇ ਵਿੱਚ ਪਾਰਟੀ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਵਿੱਕੀ ਜੀ ਕਿਉਂ ਪੈ ਗਿਆ? ਇਹ ਕਮੀ ਹੈ ਕੋਈ? ਕਮੀ ਇਸ ਚੀਜ਼ ਦੀ ਕਹਿ ਸਕਦਾ ਮੈਂ, ਕਿਉਂਕਿ ਜਿੱਥੇ ਸਰਕਾਰ ਪਿਛਲੇ 10 ਸਾਲਾਂ ਤੋਂ ਕਾਬਜ਼ ਹੈ ਇੱਕ ਪੂਰੇ ਸ਼ਾਸਨ 'ਤੇ, ਭਾਰਤ ਦੇ ਜਿਹੜੇ ਆਪਣੇ ਸ਼ਾਸਨ 'ਤੇ ਸਿਸਟਮ 'ਤੇ ਕਾਬਜ਼ ਹੋਈ ਵੀ ਆ, ਅਫਸਰਸ਼ਾਹੀ 'ਤੇ ਕਾਬਜ਼ ਹੋਈ ਆ, ਉਹਦਾ ਜਿਹੜਾ ਖਾਮਿਆਜ਼ਾ ਆ ਉਹ ਇਕੱਲੀ ਕਾਨੂੰਨੀ ਉਸ ਹਰ ਇੱਕ ਸਟੇਟ ਨੂੰ ਕਾਫੀ ਜਿਹੜਾ ਭੁਗਤਣਾ ਪੈ ਰਿਹਾ ਆ, ਕਿਉਂਕਿ ਜਿੱਥੇ ਵੀ BJP ਦੀ ਸਰਕਾਰ ਨਹੀਂ ਹੁੰਦੀ ਉੱਥੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਆ। ਸੋ ਇਸ ਕਰਕੇ ਮੇਰੀ ਲੋਕਾਂ ਨੂੰ ਇਹ ਅਪੀਲ ਹੈ, ਮੈਂ ਪੂਰੀ ਜ਼ੋਰ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ, ਜੇ ਆਪਾਂ ਇਨਸਾਨੀਅਤ ਬਚਾਉਣੀ ਆ, ਜੇ ਪੰਜਾਬ ਨੂੰ ਬਚਾਉਣਾ ਆ, ਜੇ ਭਾਰਤ ਨੂੰ ਬਚਾਉਣਾ ਆ, ਕਿਸਾਨ ਮਜ਼ਦੂਰ ਨੂੰ ਬਚਾਉਣਾ ਆ, ਤਾਂ ਇਸ ਵਾਰ ਮੋਦੀ ਨੂੰ ਥੱਲੇ ਲਾ ਦਿਓ, ਕਿਉਂਕਿ BJP ਨੇ ਜਿੱਥੇ ਵੀ ਦੇਖਿਆ ਉੱਥੇ ਧੱਕਾ ਕਰਦੀ ਹੈ। ਇਹਨਾਂ ਦੀ ਜਿਹੜੀ ਸਟੇਟ 'ਚ ਸਰਕਾਰ ਨਹੀਂ ਹੁੰਦੀ ਉਹਨਾਂ ਨੇ ਫਿਰ ਇੱਥੇ ਕੁਛ ਨਾ ਕੁਛ ਇੱਦਾਂ ਦਾ ਕਰਨਾ ਹੁੰਦਾ ਆ।
ਹੁਣ ਪਿੱਛੇ ਤੁਸੀਂ ਗਵਰਨਰ ਦਾ ਦੇਖ ਲਓ, ਹਰ ਵਕਤ ਇਹ ਗਵਰਨਰ ਦਾ ਇਹ ਕੰਮ ਹੁੰਦਾ ਹੈ ਵੀ ਉਹ ਸਿਸਟਮ, ਪੰਜਾਬ ਦੇ ਸਿਸਟਮ 'ਚ ਸੀਐਮ ਦੇ ਨਾਲ ਹਰ ਗੱਲ 'ਚ ਲੱਤ ਲਾ ਕੇ ਗੱਲ ਕਰੇ। ਸੋ ਇਹ ਬੀਜੇਪੀ ਤਾਨਾਸਾ ਸਰਕਾਰ ਹੈ, ਇਹ ਕਿਸੇ ਵੀ ਹੱਦ ਤੱਕ ਜਾ ਸਕਦੀ। ਤੁਹਾਡਾ ਕੋਈ ਪ੍ਰੋਗਰਾਮ ਵੀ ਰੱਖਿਆ ਹੋਇਆ ਅਰਵਿੰਦ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ, ਕਿਉਂਕਿ ਪਿੱਛੇ ਗੱਲ ਨਿਕਲ ਕੇ ਆਏ ਸੀ ਕਿ ਤੁਸੀਂ ਕੋਈ ਮਹਾਰੈਲੀ ਕਰ ਰਹੇ ਹੋ, ਆਪਣਾ ਇੱਕ ਵੱਡਾ ਇਕੱਠ ਕਰ ਰਹੇ ਹੋ ਦਿੱਲੀ ਦੇ ਵਿੱਚ, ਕਿ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਧੱਕੇ ਦੇ ਨਾਲ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਅਸੀਂ ਆਹ ਜਰਾਂਗੇ ਨਹੀਂ, ਅਸੀਂ ਸੜਕਾਂ 'ਤੇ ਉਤਰਾਂਗੇ, ਅਸੀਂ ਸਟਰਗਲ ਕਰਾਂਗੇ, ਅਸੀਂ ਲੜਾਂਗੇ, ਕੋਈ ਪ੍ਰੋਗਰਾਮ ਹੈ ਇੱਦਾਂ ਦਾ? ਸਾਡੇ ਜਿਹੜੀ 30 ਮਾਰਚ ਨੂੰ ਜਿਹੜੀ ਰਾਮਲੀਲਾ ਗਰਾਊਂਡ 'ਚ ਸਵੇਰੇ 10 ਵਜੇ ਮਹਾਰੈਲੀ, ਆਪ ਦੀ ਮਹਾਰੈਲੀ ਜਿਹੜੀ ਹੋਣ ਜਾ ਰਹੀ ਹੈ, ਸੋ ਸਾਰਿਆਂ ਨੂੰ ਪੂਰਜੋਰ ਅਪੀਲ ਹੈ ਵੀ ਉਹ 'ਚ ਵੱਧ ਤੋਂ ਵੱਧ ਸੰਖਿਆ ਜਿਹੜਾ ਪਹੁੰਚੋ, ਤਾਂ ਕਿ ਬੀਜੇਪੀ ਸਰਕਾਰ ਦੇ ਵਿਰੋਧ ਇਹ ਵੱਡਾ ਭਾਰੀ ਮਾਤਰਾ 'ਚ ਇਕੱਠ ਕਰ ਕਰਕੇ ਮੋਦੀ ਸਰਕਾਰ ਨੂੰ ਦਿਖਾ ਸਕੀਏ ਕਿ ਅਸੀਂ ਕੱਲ੍ਹ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਸੀ, ਅੱਜ ਵੀ ਆਮ ਆਦਮੀ ਪਾਰਟੀ ਦੇ ਪੂਰੇ ਰੋਹ ਜੋਸ਼ ਉੱਥੇ ਪਹੁੰਚ ਕੇ ਜਿਹੜਾ ਤੁਸੀਂ ਸੜਕਾਂ ਦੇ ਮਤਲਬ ਸਟਰਗਲ ਕਰੋਗੇ ਕਿ ਸਾਡੇ ਨਾਲ ਧੱਕਾ ਹੋਇਆ? ਨਹੀਂ, ਦੇਖੋ ਇਹ ਇੱਕ ਰਾਮਲੀਲਾ ਮੈਦਾਨ ਹੈ ਦਿੱਲੀ 'ਚ ਬਹੁਤ ਵੱਡਾ, ਜਿੱਥੇ ਇੱਕ ਭਾਰੀ ਇਕੱਠ ਹੋਣ ਜਾ ਰਿਹਾ, ਹਾਂ ਉੱਥੇ ਸਾਰੇ ਹੀ ਨੇਤਾ ਆਉਣਗੇ, ਅਤੇ ਉੱਥੇ ਸਾਰਿਆਂ ਨੂੰ ਤੁਹਾਨੂੰ ਪੁਰਜ਼ੋਰ ਪਹੁੰਚਣ ਦੀ ਅਪੀਲ ਹੈ। ਮੈਂ ਤੁਹਾਨੂੰ ਵੀ ਕਹਾਂਗਾ ਵੀ ਤੁਸੀਂ ਵੀ ਸਾਡੇ ਨਾਲ ਚੱਲਿਓ, ਅਤੇ ਦਿਖਾਉਂਦੇ ਹਾਂ, ਦੇਖੋ ਕਿ ਸਾਰੀ ਪਾਰਟੀਆਂ ਦੀ ਖਬਰਾਂ ਕਿੱਥੇ ਕੀ ਹੋ ਰਿਹਾ ਕੀ ਨਹੀਂ, ਇਸ ਤਰ੍ਹਾਂ ਬੀਜੇਪੀ ਦੀ ਵੀ ਦਿਖਾਉਂਦੇ ਹਾਂ ਕਿ ਬੀਜੇਪੀ ਕੀ ਕਰ ਰਹੀ ਆ, ਅਸੀਂ ਆਮ ਆਦਮੀ ਪਾਰਟੀ ਦੀ ਵੀ ਦਿਖਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਕੀ ਪ੍ਰੋਗਰਾਮ ਨੇ। ਚੌਥਾ ਸਤੰਭ ਹੈ ਜੀ, ਤੁਸੀਂ ਤਾਂ ਦੇਖੋ, ਤੁਸੀਂ ਜੇ ਕੋਮਨ ਗੱਲ ਤੁਸੀਂ ਨਹੀਂ ਲੈ ਕੇ ਚੱਲੋਗੇ ਤਾਂ ਆਮ ਪਬਲਿਕ ਤੱਕ ਨਹੀਂ ਗੱਲ ਪਹੁੰਚਦੀ, ਕਿਉਂਕਿ ਬਹੁਤ ਤੁਹਾਡੀ ਪਾਰਟੀ ਦੇ ਇਲਜ਼ਾਮ ਲੱਗਦੇ ਨੇ ਕਿ ਪੱਤਰਕਾਰਾਂ ਨਾਲ ਲੜ ਪੈਂਦੇ ਨੇ ਤੁਹਾਡੇ MLA। ਉਹ ਨਹੀਂ, ਕਦੇ ਕਦੇ ਚਲੋ ਤਰੱਕੀ ਹੋ ਜਾਂਦੀ ਆ, ਗਰਮੀ ਵੀ ਵੱਧਦੀ ਜਾ ਰਹੀ, ਇੱਦਾਂ ਦਾ ਕੁਛ ਨਹੀਂ ਹੁੰਦਾ, ਕਿਉਂਕਿ ਭਰਾ ਹੀ ਆ ਸਾਰੇ, ਜੇ ਤੁਹਾਡੇ ਬਿਨਾਂ ਕਿੱਥੇ ਸਾਡਾ ਸਰਦਾ। ਹੁਣ ਮੈਨੂੰ ਲੱਗਦਾ ਵੀ ਆਪਾਂ ਕਦੇ ਲੜੇ ਤਾਂ ਹੈ ਨਹੀਂ, ਆਪਾਂ ਬੜੇ ਕਾਫੀ ਸਾਲ ਹੋ ਗਏ, ਤੁਸੀਂ, ਮੈਂ ਤੁਹਾਨੂੰ ਦੇਖਦਾ ਹਰ ਇੱਕ ਪ੍ਰੋਗਰਾਮ 'ਤੇ, ਫੰਕਸ਼ਨਾਂ 'ਤੇ ਤੁਸੀਂ ਪਹੁੰਚਦੇ ਹੋ, ਅਤੇ ਖਾਸ ਕਰ ਜਿਹੜੇ ਸੰਝਲੇ ਹੁੰਦੇ ਆ, ਕਿਸਾਨ ਮਜ਼ਦੂਰਾਂ ਦੇ ਹੁੰਦੇ ਆ, ਖਾਸ ਕਰ ਤੁਸੀਂ ਕਾਫੀ ਪ੍ਰੋਟੈਸਟ ਨੂੰ ਕਾਫੀ ਨੇੜਿਓਂ ਦੇਖਦੇ ਹੋ। ਧੰਨਵਾਦ ਵਿੱਕੀ ਜੀ ਤੁਹਾਡਾ, ਤੁਸੀਂ ਸਾਰੇ ਜਾਣਕਾਰੀ ਸਾਂਝੀ ਕੀਤੀ। ਵੈਸੇ ਤੁਹਾਡੀ ਪਾਰਟੀ ਵਿਵਾਦਾਂ ਦੇ ਵਿੱਚ ਹੁਣ ਘਿਰੀ ਹੋਈ ਹੈ, ਬਾਕੀ ਤਾਂ ਚਲੋ ਕਾਨੂੰਨ ਬੈਠੂਗਾ, ਕਾਨੂੰਨ ਦੀ ਜਾਂਚ ਹੋਊਗੀ ਕਿ ਸੱਚ ਕੀ ਹੈ ਝੂਠ ਕੀ ਹੈ। ਗਰਜਿੰਦਰ ਜੀ, ਵਿਵਾਦਾਂ 'ਚ ਸਾਡੀ ਪਾਰਟੀ ਨਹੀਂ ਘਿਰੀ ਹੋਈ, ਕਿਉਂਕਿ ਬੀਜੇਪੀ ਨੇ ਇਹ ਵਿਵਾਦ ਪੈਦਾ ਕੀਤੇ ਹੋਏ ਆ। ਦੇਖੋ ਉਹਨਾਂ ਤੋਂ ਮੈਂ ਕੰਮ ਪੈਦਾ ਕਰਨਾ, ਸਰਕਾਰ ਕੋਈ ਹੋਵੇ ਵੀ ਜਦੋਂ ਨੇ ਵਿਵਾਦ ਪੈਦਾ ਹੀ ਕਰਨਾ ਹੈ। ਬਰਜਿੰਦਰ ਜੀ, ਜਦੋਂ ਉਹ ਚੀਜ਼ ਤੁਸੀਂ, ਤੁਹਾਨੂੰ ਕੋਈ ਜ਼ਬਰਦਸਤੀ ਤੁਹਾਡੇ ਤੋਂ ਉੱਪਰ, ਜਿਹੜਾ ਸੀਪੇ ਸਲਾਰ ਬੈਠਿਆ ਤਕੜਾ ਤੁਹਾਡੇ ਤੋਂ ਹੈਗਾ, ਜਿਹਦੇ ਹੱਥ 'ਚ ਸਾਰੀ ਪਾਵਰ ਹੈ, ਸਾਰੇ ਜਿਹੜਾ ਪੂਰੇ ਕੁਛ ਕੁ ਘਰਾਣਿਆਂ ਦੇ ਜਿਹੜੇ ਹੱਥ ਦੀ ਕਠਪੁਤਲੀ ਬਣਿਆ ਹੋਇਆ, ਦੇਸ਼ ਦਾ ਜਿਹੜਾ ਰਾਜਾ ਬਣੀ ਬੈਠਿਆ, PM ਮੋਦੀ ਜੀ ਦੀ ਗੱਲ ਕਰ ਰਿਹਾ ਮੈਂ, ਜਦੋਂ ਸਾਰੀ ਅਫਸਰਸਾਈ ਹੈ, ਸਾਰਾ ਤਾਣਾ ਬਾਣਾ ਉਹਨਾਂ ਦੇ ਹੱਥ 'ਚ ਹੈ, ਤਾਂ ਉਹ ਕਿਤੇ ਵੀ ਕੁਛ ਵੀ ਕਰ ਸਕਦੇ ਆ। ਸਾਡਾ ਪ੍ਰੋਟੈਸਟ ਉਹਨਾਂ ਦੇ ਖਿਲਾਫ਼ ਹੈ, ਅਸੀਂ ਤਾਨਾਸਾਈ ਦੇ ਖਿਲਾਫ ਹਾਂ, ਅਸੀਂ ਆਮ ਆਦਮੀ ਪਾਰਟੀ ਦੇ, ਆਮ ਆਦਮੀ ਦੇ ਜਿਹੜਾ ਆਮ ਲੋਕ ਹੈ ਉਹਨਾਂ ਦੇ ਹੱਕ 'ਚ ਹਾਂ, ਕਿਉਂਕਿ ਇਹਨਾਂ ਨੇ ਕਿੱਥੇ ਡਿਵੈਲਪਮੈਂਟ ਕੀਤੀ ਹੈ, ਕਿੰਨੇ ਕੁ ਸਾਲ ਪਹਿਲਾਂ ਸਰਕਾਰਾਂ ਇਹਨਾਂ ਦੇ ਰਹੀਆਂ, ਕਿੱਥੇ ਕਰਿਆ ਨੇ। ਹੁਣ ਮੈਂ ਸਭ ਤੋਂ ਵੱਡਾ ਜਿਹੜਾ ਐਤਕੀ ਦਰਦ ਹੋਇਆ ਉਹ ਇਸ ਚੀਜ਼ ਨੂੰ ਲੈ ਕੇ ਹੋਇਆ ਗੁਰਜਿੰਦਰ ਜੀ, ਕਿਉਂਕਿ ਸਾਡਾ ਇੱਕ ਆਮ ਪ੍ਰੋਟੈਸਟ ਕਰਨਾ, ਦਿੱਲੀ ਜਾਣਾ, ਟਰੈਕਟਰ ਰੈਲੀਆਂ ਲੈ ਕੇ, ਕਿਸਾਨ ਨੇ, ਮਜ਼ਦੂਰ ਨੇ ਰੇਹੜੇ ਖੱਚਰ ਲੈ ਕੇ ਆਪਣਾ ਜਾਣਾ, ਕੋਈ ਬੁਰੀ ਗੱਲ ਹੈ? ਐਡੇ ਬਾਰਡਰ ਆ ਹਲੇ ਵੀ ਸੀਲ ਹੋਏ ਪਏ ਆ, ਬੰਦ ਹੋਏ ਪਏ ਆ, ਲੋਕੀ ਹੈਰਾਨ ਹੋ ਰਹੇ ਆ, ਸਾਰੇ ਸਮੁੱਚੇ ਪੰਜਾਬ ਨੂੰ ਆਉਣ ਜਾਣ ਵਾਲੇ, ਹਰਿਮੰਦਰ ਸਾਹਿਬ ਜਾਣਾ ਪੈਂਦਾ ਆ, ਗੁਰਦੁਆਰਾ ਸਾਹਿਬ ਹੈ, ਕਿਤੇ ਮੰਦਰ ਮਸਜਿਦ ਧਰਮ ਨੈਣਾ ਦੇਵੀ ਦੇ ਲੋਕੀ ਜਾਂਦੇ ਆ, ਦੂਰੋਂ ਦੂਰੋਂ ਆਉਂਦੇ ਆ, ਇੱਥੇ ਜਾਣ ਨੂੰ ਥਾਂ ਹੀ ਨਹੀਂ ਹੈ, ਕਿ ਕਿੱਧਰ ਨੂੰ ਘੁੰਮ ਘੁੰਮ ਕੇ ਆ ਰਹੇ ਲੋਕ, ਪਰੇਸ਼ਾਨ ਹੋ ਰਹੇ ਆ। ਇਹ ਕਿਉਂ ਹੋ ਰਹੇ ਆ? ਇਹ ਕਿਸਾਨ ਮਜ਼ਦੂਰ ਕਰਕੇ ਨਹੀਂ ਹੋ ਰਹੇ, ਇਹ ਮੋਦੀ ਸਰਕਾਰ ਦੀ ਮਾੜੀ ਨੀਤੀਆਂ ਕਰਕੇ ਹੋ ਰਹੇ ਆ, ਜਿਨ੍ਹਾਂ ਨੇ 3-3, 4-4 ਫੁੱਟ ਲੇਅਰਾਂ ਪਾ ਤੀਆਂ, ਅਤੇ ਜਿਹਨੇ ਗੋਲੀ ਚਲਾਈ, ਸਾਡਾ ਨੌਜਵਾਨ ਮੁੰਡਾ ਸ਼ਹੀਦ ਕੀਤਾ, ਇਹ ਉਹਨਾਂ ਦੀ ਮਿਹਰਬਾਨੀ ਹੈ ਸਾਰੀ ਜੀ। ਬਿਲਕੁਲ ਬਿਲਕੁਲ,
ਸੋ ਦੇਖੋ ਕਿਸਾਨ ਤਾਂ ਆਪਣੇ ਹੱਕਾਂ ਦੇ ਲਈ ਬੈਠੇ ਨੇ, ਕੋਡ ਆਫ ਕੰਡਕਟ ਲੱਗ ਚੁੱਕਿਆ, ਹੁਣ ਉਹ ਵੀ ਦੇਖਣ ਵਾਲਾ ਹੋਊਗਾ ਕਿ ਅੱਗੇ ਸਾਰੀ ਗੱਲ ਆਹ ਸਮਾਪਤ ਕਿਸ ਪੱਧਰ ਤੱਕ ਹੁੰਦੀ ਹੈ ਜਾ ਕੇ। ਸੋ ਧੰਨਵਾਦ ਵਿੱਕੀ ਜੀ ਤੁਹਾਡਾ। ਦੋਸਤੋ ਮੇਰੇ ਨਾਲ ਇੰਟਰਨੈਸ਼ਨਲ ਕਬੱਡੀ ਖਿਡਾਰੀ ਆਮ ਆਦਮੀ ਪਾਰਟੀ ਦੇ ਨੇਤਾ ਵਿੱਕੀ ਘਨੌਰ ਜੁੜੇ ਹੋਏ ਸੀ। ਤਮਾਮ ਤਰ੍ਹਾਂ ਦੇ ਸਵਾਲ ਜਿਹੜੇ ਕੀਤੇ, ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ।